ਮੇਰੇ ਧਿਆਨ ਵਿੱਚ ਲਿਆਂਦਾ ਗਿਆ ਕਿ ਪੰਜਾਬ ਪੁਲਿਸ ਦੇ ਵਿੱਚ ਕੋਈ 300 ਜਾਂ ਕਿੰਨੇ ਕੋਈ ਨੰਬਰਾਂ ਦੀ ਭਰਤੀ ਕੀਤੀ ਗਈ ਔਰ ਉਹਦੇ 'ਚ ਸਭ ਤੋਂ ਵੱਡੀ ਜਿਹੜੀ ਗੱਲ ਕਹੀ ਗਈ ਹੈ ਕਿ ਗੈਰ ਪੰਜਾਬੀਆਂ ਦੀ ਉਹਦੇ 'ਚ ਭਰਤੀ ਕੀਤੀ ਗਈ ਹੈ ਉਹਦੇ ਮੈਂ ਡੀ ਜੀ ਪੀ ਪੰਜਾਬ ਨੂੰ 7 ਦਿਨ ਦੇ ਵਿੱਚ ਵਿੱਚ ਲਿਖ ਕੇ ਭੇਜ ਦਿੱਤਾ ਕਿ ਉਹਦੀ ਰਿਪੋਰਟ ਮੈਨੂੰ ਦਿੱਤੀ ਜਾਵੇ ਔਰ ਜੇ ਮੈਨੂੰ ਉਹਦੇ 'ਚ ਕੋਈ ਕੁਤਾਹੀ ਦਿਸੀ ਜਾਂ ਕੋਈ ਇਹੋ ਜਿਹੀ ਗਲਤ ਗੈਰ ਕਾਨੂੰਨੀ ਢੰਗ ਦੇ ਨਾਲ ਉਹ ਭਰਤੀ ਕੀਤੀ ਗਈ ਆ ਉਹਦੇ 'ਤੇ ਤੁਰੰਤ ਐਕਸ਼ਨ ਕੀਤਾ ਜਾਵੇਗਾ ਔਰ ਬੜਾ ਸਖਤੀ ਨਾਲ ਉਸ ਐਕਸ਼ਨ ਨੂੰ ਲਾਗੂ ਕੀਤਾ ਜਾਵੇਗਾ।